ਤੇ ਬੈਠਿਆ ਨਹੀਂ ਜਾਂਦਾ। ਕੰਨ ਸੁਣਨ ਨੂੰ ਦਿਲ ਕਰਦੇ ਬਾਣੀ ਸੁਣਾ, ਸੁਣਿਆ ਨਹੀਂ ਜਾਂਦਾ। ਅੱਖਾਂ ਪੜ੍ਹਨਾ ਚਾਹੁੰਦੀਆਂ ਨੇ, ਦੇਖਿਆ ਨਹੀਂ ਜਾਂਦਾ। ਗੁਰੂ ਕੀ ਖਾਲਸਾ ਜੀ, ਇਹ ਸ਼ਕਤੀਆਂ ਸੀਮਤ ਨੇ, ਸਾਂਭ ਲਓ। ਇਸ ਸੰਗਤ ਦੇ ਵਿੱਚ ਬੈਠੇ ਹੋਏ ਮੇਰੇ ਵੀਰ ਸਰਦਾਰ ਲਖਬੀਰ ਸਿੰਘ ਜੀ ਭਾਕੜ, ਉਹਨਾਂ ਨੇ ਅੱਜ ਪ੍ਰਣ ਕੀਤਾ ਸੰਗਤ ਵਿੱਚ ਬੈਠ ਕੇ ਕਿ ਮੈਂ ਅੱਜ ਤੋਂ ਬਾਅਦ ਦਸਤਾਰ ਬੰਨਾਂਗਾ। ਇੱਕ ਜਕਾਰਾ ਕੜਕਮਾ ਉਹਨਾਂ ਦੇ ਉੱਤੇ ਲਾ ਦਿਓ। ਸੋ ਲਖਬੀਰ ਸਿੰਘ ਜੀ, ਵਧਾਈ ਦੇ ਪਾਤਰ ਹੋ ਤੁਸੀਂ ਵੀਰ, ਤੇ ਸਾਡੇ ਗੁਰੂ ਘਰ ਦੇ ਸੁਖਬੀਰ ਸਿੰਘ ਜੀ ਭਾਈ, ਉਹ ਕਹਿੰਦੇ ਨੇ ਉਹਨਾਂ ਨੂੰ ਵੀ ਖੁਸ਼ੀ ਹੈ, ਸਤ ਸਿੰਘ ਜੀ ਇੱਥੇ ਬਦਲਣ ਵਾਸਤੇ ਆਏ ਹਾਂ, ਇੱਥੇ ਖਾਨਾ ਪੂਰਤੀ ਨਹੀਂ, ਇੱਥੇ ਬਦਲਣ ਵਾਸਤੇ ਆਏ ਹਾਂ। ਜੇ ਕੋਈ ਬਦਲਦਾ ਹੈ ਉਹਨੂੰ ਗੱਲ ਵੱਕੜੀ ਵਿੱਚ ਲੈ ਕੇ ਪਿਆਰ ਕਰੋ ਕਿ ਵੀਰਾ ਤੂੰ ਅੱਜ ਗੁਰੂ ਕਾ ਸਿੰਘ ਸੱਜ ਗਿਆ, ਕੱਲ੍ਹ ਕੀ ਧਰ ਪਾਤਸ਼ਾਹ ਨੇ ਤੇਰੀ ਬਾਂਹ ਫੜ ਲਈ ਹੈ, ਤੂੰ ਡੋਲੀ ਨਾ ਮਾਰਜ, ਤੈਨੂੰ ਸੱਚਖੰਡ ਤੱਕ ਲੈ ਕੇ ਜਾਣਗੇ। ਲਖਬੀਰ ਸਿੰਘ ਜੀ, ਇਹ ਹੁਣ ਦਸਤਾਰ ਤੁਹਾਡੇ ਸਿਰ ਤੇ ਸਜੇ ਤੇ ਸਮਝੋ ਕਿ ਮੇਰਾ ਕੱਲ੍ਹ ਕੀ ਧਰ ਪਾਤਸ਼ਾਹ ਮੇਰੇ ਨਾਲ ਤੁਰਦਾ ਹੋਇਆ। ਸੋ ਆਓ ਇਹ ਸਰੂਪਾ ਜਿਹੜਾ ਗੁਰੂ ਘਰ ਤੋਂ ਲਓ, ਇਹਨੂੰ ਬਰਕਰਾਰ ਰੱਖਿਓ। ਇਹ ਦਸਤਾਰ ਦੀ ਸਾਡਾ ਸਾਰਾ ਇਤਿਹਾਸ ਦਸਤਾਰ ਦਾ ਹੈ। ਸਾਨੂੰ ਵੈਰੀ ਸਦਾ ਵੰਗਾਰਦੇ ਰਹੇ, ਕਹਿੰਦੇ ਰਹਿਣ ਵਾਲਾ ਨਹੀਂ, ਰਹਿਣ ਦੇਣਾ ਨਹੀਂ ਕੋਈ ਪੱਗ ਵਾਲਾ, ਉਹ ਹੁਕਮ ਤੇ ਹੁਕਮ ਚਾੜਦੇ ਰਹੇ। ਵਾਹ ਵੀਰਾ, ਤੈਨੂੰ ਦਸਤਾਰ ਮੁਬਾਰਕ, ਤੇਰੇ ਬਜ਼ੁਰਗਾਂ ਦੀ ਇਹ ਦਿੱਤੀ ਹੋਈ ਦਸਤਾਰ। ਜਸਵੰਤ ਸਿੰਘ ਜੀ ਬੈਠੇ ਨੇ ਸਾਹਮਣੇ, ਹਮੇਸ਼ਾ ਗੁਰੂ ਘਰ ਮੱਥਾ ਟੇਕਣ ਵਾਲੇ, ਗੁਰੂ ਨੂੰ ਅੰਗ ਸੰਗ ਸਮਝਣ ਵਾਲੇ, ਸੁੱਖ ਦੁੱਖ ਜ਼ਿੰਦਗੀ